ਅਵੈਸ ਬਹਿ ਕੇ ਕਹਿੰਦਾ ਜੀ ਮੇਰੀ 17,000 ਸੈਲਰੀ ਸੀ। ਅਵੈਸ ਹੈ ਨੀ ਦੱਸਦਾ ਕਿ ਜੀ ਰੱਜੇ ਬਾਈ ਇੱਕ ਪਰਾਠਾ ਖਾਂਦਾ ਸੀ ਤੇ ਮੈਂ 2 ਖਾਣਾ ਸਾਂ, ਉਹ ਵੀ ਦੇਸੀ ਘਿਓ ਵਾਲੇ। ਮੇਰੀ ਮਾਂ ਬਿਠਾ ਕੇ ਖਵਾਉਂਦੀ ਸੀ ਕਿ ਨਾਲ ਬਹਿ ਰੋਟੀ ਖਾ। ਜੋ ਕੱਪੜੇ ਮੈਂ ਪਾਉਣਾ ਸਾਂ, ਜਿਹੜਾ ਮਰਜ਼ੀ ਕੱਪੜਾ ਜਦੋਂ ਮਰਜ਼ੀ ਕੱਢ ਕੇ ਪਾ ਲੈਂਦਾ ਸੀ। ਮੇਰੇ ਕੋਲ ਰਹਿੰਦਾ ਸੀ, ਮੇਰੇ ਕੋਲ ਸੌਂਦਾ ਸੀ, ਇਹਦੀ ਮਾਂ ਦੀਆਂ ਦਵਾਈਆਂ ਮੈਂ ਦਿੰਦਾ ਸਾਂ। ਅਵੈਸ ਨੇ ਅੱਜ ਨੀ ਦੱਸਿਆ, ਖੁਦਾ ਦੀ ਕਿਸਮ ਜੋ ਰਾਤੀ ਮੇਰਾ ਦਿਲ ਰੋਇਆ ਨਾ ਕਿ ਯਾਰ 4 ਸਾਲ ਮਿਲਿਆ। ਇੱਕ ਹੋਰ ਗੱਲ ਦੱਸਾਂ, ਕਲੀਅਰ ਕਰਾਂ, ਸਵੇਰ ਮੈਂ ਨਿਕਲਣਾ, ਮੈਂ ਲੇਟ ਬਹੁਤ ਹੋ ਗਿਆ। ਅਵੈਸ ਜਦੋਂ ਨੌਕਰੀ ਤੇ ਆਇਆ ਸੀ ਨਾ, ਤੇ ਅਵੈਸ ਨੇ ਸਾਨੂੰ, ਮੈਂ ਉਦੋਂ ਕੋਈ ਐਡਾ ਖਾਸ ਸਰਮਾਏਦਾਰ ਨਹੀਂ ਸੀ, ਐ ਮੈਨੂੰ ਮੁੰਡੇ ਦੀ ਜ਼ਰੂਰਤ ਨਹੀਂ ਸੀ। ਅਵੈਸ ਮੇਰੇ ਦੋਸਤ ਦਾ ਮਾਰਟ ਸੀ, ਉੱਥੇ ਕੰਮ ਕਰਦਾ ਸੀ, ਉਹਨਾਂ ਨੇ ਕੱਢ ਦਿੱਤਾ। ਇਹਨੇ ਮੇਰੀ ਮਾਂ ਨੂੰ ਕਿਹਾ ਬਾਜ਼ਾਰ ਦੇ ਵਿੱਚ ਮੇਰੇ ਕੰਮ ਕੀ ਬਹੁਤ ਜ਼ਰੂਰਤ ਹੈ, ਮੇਰੀ ਮਾਂ ਨੇ ਕਿਹਾ ਆ ਜਾ ਘਰ ਵੇਖ ਲਵਾਂਗੇ। ਇਹਨੇ ਕਿਹਾ ਬਈ ਜਿਮ ਮੈਂ ਰੱਖ ਲਓ, ਮੈਂ ਕਿਹਾ ਜਿਮ ਚ ਆਲਰੇਡੀ ਬੱਚਾ ਹੈ, ਮੈਂ ਉਹਨੂੰ ਕੱਢ ਕੇ ਤੈਨੂੰ ਨਹੀਂ ਰੱਖ ਸਕਦਾ। ਤੂੰ ਘਰ ਆ ਜਾ, ਮਹੀਨੇ ਬਾਅਦ ਜਦੋਂ ਦੀ ਸ਼ਾਦੀ ਹੈ, ਮਹੀਨਾ ਕੁ ਤੂੰ ਮੇਰੇ ਘਰ ਰਹਿ, ਤੈਨੂੰ ਮੈਂ ਦੇ ਦਿਆਂਗਾ ਸੈਲਰੀ, ਕੋਈ ਗੱਲ ਨਹੀਂ। 12-13 ਹਜ਼ਾਰ ਤੋਂ ਸਟਾਰਟ ਹੋਇਆ, ਉਦੋਂ ਮੇਰਾ 12-13 ਹਜ਼ਾਰ ਬੜਾ ਮੈਟਰ ਕਰਦਾ, ਠੀਕ ਹੈ। ਜਦੋਂ ਛੱਡ ਕੇ ਗਿਆ ਉਦੋਂ 19,000 ਸੈਲਰੀ ਸੀ ਇਹਦੀ, ਸਿੱਧੀ ਜਿਹੜੀ ਗੱਲ 20,000 ਸੈਲਰੀ ਸੀ। ਉਸ ਤੋਂ ਇਲਾਵਾ 20-40 ਹਜ਼ਾਰ ਮੈਨੂੰ ਉੱਤੋਂ ਪੈਂਦਾ ਸੀ ਬਾਈ, ਖਾਂਦਾ ਪੀਂਦਾ, ਕਿਸੇ ਚੀਜ਼ ਤੋਂ ਡੱਕਿਆ ਨਹੀਂ। ਇੱਥੇ ਮੈਂ ਸੌਂਦਾ ਸਾਂ ਏਸੀ ਚ, ਮੇਰੇ ਨਾਲ ਏਸੀ ਚ ਸੌਂਦਾ ਸੀ, ਐ ਨਹੀਂ ਕਿ ਕਿਚਨ ਚ ਜਾ ਕੇ ਸੌਂ। ਸਮਝ ਲੱਗੀ? ਤੇ ਕੱਲ ਅਗਲਾ ਬਹਿ ਕੇ ਵਲੌਗ ਚ ਕਹਿ ਰਿਹਾ ਕਿ ਜੀ ਮੇਰਾ ਗੁਜ਼ਾਰਾ ਨਹੀਂ ਸਾ ਹੁੰਦਾ, 17,000 ਸੈਲਰੀ ਸੀ, ਠੀਕ ਹੈ। ਇਹ ਨਹੀਂ ਦੱਸਿਆ ਕਿ ਜੀ ਮੈਨੂੰ ਛੋਟੇ ਭਰਾਵਾਂ ਆਰ ਉੱਥੇ ਰੱਖਿਆ ਸੀ, ਬਿਲਕੁਲ ਮੇਰੇ ਘਰ ਦੀਆਂ ਦਵਾਈਆਂ, ਮਾਂ ਦੀਆਂ ਦਵਾਈਆਂ, ਸਮ ਟਾਈਮਸ ਈਦ ਸ਼ਬਰਾਤ ਵੱਖਰੀ, ਸਾਰਾ ਕੁਝ ਜਾਂਦਾ ਸੀ ਰੱਜ ਭਾਈ ਨੂੰ। ਉਹਨੇ ਸੋਚ ਫਿਰ ਗੱਲ ਖੇਲਿਆ ਨਾ, ਕੋਈ ਪ੍ਰੋਬਲਮ ਨਹੀਂ, ਮੌਲਾ ਅਲੀ ਦਾ ਫਰਮਾਨ ਹੈ, ਸੋਚ ਗੱਲ ਤੇ ਇਹਸਾਨ ਕਰੋ, ਉਹਦੇ ਸ਼ਰਤ ਤੋਂ ਬਚੋ, ਤੇ ਜੇ ਮੌਲਾ ਅਲੀ ਦਾ ਫਰਮਾਨ ਹੈ ਉਹ ਤੇ ਹੋਣਾ ਹੀ ਹੈ ਇਸ ਦੁਨੀਆ ਚ ਨਜ਼ਰ ਆਉਣਾ।